ਜਾਗਰਤੀ ਹੋ ਚੁੱਕੀ ਹੈ ਕਿ ਬਗੈਰ ਲੜਾਈ ਲੜਿਆਂ ਜਿਹੜੀ ਇਹ ਕਾਰਪੋਰੇਟ ਘਰਾਣਿਆਂ ਦੀਆਂ ਸਰਕਾਰਾਂ ਨਾਲ ਸਰਕਾਰਾਂ ਦਾ ਸਿਰਫ ਨਾਂ ਦੀਆਂ ਨੇ, ਇਹ ਕਾਰਪੋਰੇਟ ਘਰਾਣੇ ਚਲਾ ਰਹੇ ਆ। 5-7 ਲੋਕ ਨੇ ਜਿਹੜੇ ਪੂਰੇ ਭਾਰਤ ਨੂੰ ਆਪਣੇ ਹੱਥਾਂ ਵਿੱਚ ਲਈ ਜਾ ਰਹੇ ਨੇ। ਵੱਡੇ ਵੱਡੇ ਡਿਪਾਰਟਮੈਂਟ ਜਿਹੜੇ ਮੁਨਾਫੇ ਵਾਲੇ ਸੀ ਉਹ ਵੀ ਇਸ ਨੇ ਆਪਣੇ ਅਡਵਾਨੀ ਨੇ ਆਪਣੇ ਕਬਜ਼ੇ ਦੇ ਵਿੱਚ ਕਰ ਲਏ, ਪਰ ਉਹ ਅਸੀਂ ਕਬਜ਼ੇ ਛਡਾਉਣੇ ਨੇ। ਔਰ ਜਿਹੜੀਆਂ ਮੰਨੀਆਂ ਸਾਡਾ ਜੀ ਬਲਾਕ ਫੂਲ ਸਿੱਧੂਪੁਰ ਜਥੇਬੰਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਅਸੀਂ ਜਿਹੜਾ ਦਿੱਲੀ ਘਿਰਾਓ ਕਰਨ ਵਾਸਤੇ ਜਾ ਰਹੇ ਸੀ, ਰਸਤੇ ਦੇ ਵਿੱਚ ਜਿਹੜੀ ਰੁਕਾਵਟ ਪਾਈ ਹੈ ਹਰਿਆਣੇ ਵੱਲੋਂ, ਉਸ ਬਾਰਡਰ ਤੇ ਬੈਠੇ ਹਾਂ ਅਸੀਂ। ਲੋਰੀ ਬਾਰਡਰ ਤੇ ਬੈਠੇ ਹਾਂ, ਆਹ ਤੁਸੀਂ ਦੇਖ ਰਹੇ ਹੋ ਭਰਾਵੋ, ਇਹ ਭਗਵੰਤ ਮਾਨ ਕਹਿੰਦਾ ਸੀ ਆ ਕਿ ਧਰਨੇ ਲਾਉਣ ਨੂੰ ਤੁਹਾਨੂੰ ਕਿਸਾਨ ਨਹੀਂ ਮਿਲਣੇ। ਅੱਜ ਉਸਨੂੰ ਉਹ ਕਈਆਂ ਹੋਈਆਂ ਗੱਲਾਂ ਦੀ ਯਾਦ ਪਾਉਂਦੇ ਹਾਂ ਕਿ ਕਿੰਨੇ ਭਰਾਵੋ ਆ ਦੇਖੋ ਲੰਗਰ ਚੱਲ ਰਹੇ ਆ, ਇਹ ਤਾਂ ਖੁਦ ਸੇਵਾ ਕਰ ਰਹੇ ਆ, ਪਰ ਇੱਥੇ ਜਿਹੜੇ ਲੰਗਰਾਂ ਦਾ ਭਰਮਾਰ ਹੈ ਕਿ 10 ਵਜੇ ਤੱਕ ਰਾਤ ਨੂੰ ਕੱਲੀ ਕੱਲੀ ਟਰੈਲੀ ਨੂੰ ਆਵਾਜ਼ ਮਾਰ ਕੇ ਕੋਲੇ ਜਾ ਕੇ ਲੰਗਰ ਵਰਤਾਇਆ ਜਾ ਰਿਹਾ। ਲੱਡੂਆਂ ਦਾ ਲੰਗਰ, ਕਿੰਨੂਆਂ ਦਾ ਲੰਗਰ, ਬੜੀ ਸੇਵਾ ਭਾਵਨਾ ਨਾਲ ਅੰਦਰੋਂ ਜਿਹੜੀ ਸੇਵਾ ਉਹਦੇ ਨਾਲ ਜਿਹੜੀ ਸੇਵਾ ਚੱਲ ਰਹੀ ਹੈ, ਕਿਉਂਕਿ ਹਰ ਇੱਕ ਕਿਸਾਨ ਨੂੰ ਇਹ ਜਾਗਰਤੀ ਹੋ ਚੁੱਕੀ ਹੈ ਕਿ ਬਗੈਰ ਲੜਾਈ ਲੜਿਆਂ ਜਿਹੜੀ ਇਹ ਕਾਰਪੋਰੇਟ ਘਰਾਣਿਆਂ ਦੀ ਸਰਕਾਰਾਂ ਨਾਲ ਸਰਕਾਰਾਂ ਦਾ ਸਿਰਫ ਨਾਂ ਦੀਆਂ ਨੇ, ਇਹ ਕਾਰਪੋਰੇਟ ਘਰਾਣੇ ਚਲਾ ਰਹੇ ਆ। 5-7 ਲੋਕ ਨੇ ਜਿਹੜੇ ਪੂਰੇ ਭਾਰਤ ਨੂੰ ਆਪਣੇ ਹੱਥਾਂ ਵਿੱਚ ਲਈ ਜਾ ਰਹੇ ਨੇ। ਵੱਡੇ ਵੱਡੇ ਡਿਪਾਰਟਮੈਂਟ ਜਿਹੜੇ ਮੁਨਾਫੇ ਵਾਲੇ ਸੀ ਉਹ ਵੀ ਇਸ ਨੇ ਆਪਣੇ ਅਡਵਾਨੀ ਨੇ ਆਪਣੇ ਕਬਜ਼ੇ ਦੇ ਵਿੱਚ ਕਰ ਲਏ, ਪਰ ਉਹ ਅਸੀਂ ਕਬਜ਼ੇ ਛਡਾਉਣੇ ਨੇ। ਔਰ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਸਾਡੀਆਂ ਪਿੱਛੇ 13 ਮਹੀਨਿਆਂ ਦੇ ਸੰਘਰਸ਼ ਦੇ ਵਿੱਚ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਇਸ ਸਰਕਾਰ ਨੂੰ ਜਿਹੜਾ ਸੁਚੇਤ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਸਾਡੀਆਂ ਜਿਹੜੀਆਂ ਇਹ ਮੰਗਾਂ ਇਹਨੂੰ ਪੂਰੀਆਂ ਕਰਕੇ ਗਰਾਊਂਡ ਤੇ ਜਿਹੜੇ ਕਾਨੂੰਨ ਹੈ ਉਹ ਲਾਗੂ ਕੀਤੇ ਜਾਣ, ਤਾਂ ਕਿ ਜਿਹੜਾ ਕਿਸਾਨ ਹੈ ਉਹ ਫਾਹਾ ਲੈਣੋਂ ਬਚੇ। ਕਿਉਂ ਦੇਖ ਹੀ ਰਹੇ ਹੋ ਤੁਸੀਂ ਜਿਹੜੇ ਕਾਰਪੋਰੇਟ ਘਰਾਣੇ ਦੇ ਕਾਰਖਾਨੇ ਨੇ ਉਹਨਾਂ ਦਾ ਕਿੰਨਾ ਕਿੰਨਾ ਪੈਸਾ ਇਹ ਇੱਕ ਛੋਟਾ ਜਿਹਾ ਦੀਵਾ ਲਾ ਕੇ ਦੀਵਾਲੀਆ ਨਿਕਾਲ ਲੈਂਦੇ ਨੇ ਆਪਦਾ, ਔਰ ਮਾਫ਼ੀ ਲੈ ਲੈਂਦੇ ਨੇ। ਪਰ ਕਿਸਾਨ ਇੰਨਾ ਅੱਜ ਦੁਖੀ ਹੋ ਰਿਹਾ ਇਹਨਾਂ ਸਰਕਾਰਾਂ ਤੋਂ ਕਿ ਇਹਨੂੰ ਪਿਛਲੇ ਪਿਛਲੇ ਲਗਾਤਾਰ ਬਹੁਤ ਸਾਲਾਂ ਤੋਂ ਇਹਨੂੰ ਮਾਰਿਆ ਜਾ ਰਿਹਾ, ਇਹਨੂੰ ਵਾਜਬ ਭਾਅ ਨਹੀਂ ਦਿੱਤੇ ਜਾ ਰਹੇ। ਮੁਲਾਜ਼ਮਾਂ ਦਾ ਦੇਖ ਲਓ, MLA MPਾਂ ਦਾ ਦੇਖ ਲਓ, 3 ਵਾਰ ਜਿਹੜਾ ਤਨਖਾਹ ਵਧਦੀ ਹੈ ਸਾਲ ਦੇ ਵਿੱਚ, ਤੇ ਕਿਸਾਨ ਦੀ 10 ਸਾਲਾਂ ਤੋਂ ਵੀ ਭਰਾਵੋ ਉਜਰਤ ਨਹੀਂ ਵਧਦੀ ਕਿਸੇ ਫਸਲ ਦੀ। ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਰਾਹੀਂ ਮੀਡੀਆ ਰਾਹੀਂ ਵੀ ਕਿ ਸਰਕਾਰ ਨੂੰ ਚੇਤਾਵਨੀ ਵੀ ਦਿੰਦੇ ਹਾਂ ਕਿ ਜਦ ਤੱਕ ਸਾਡੀਆਂ ਜਿਹੜੀਆਂ ਮੰਗਾਂ ਇਹ ਗਰਾਊਂਡ ਤੇ ਲਾਗੂ ਨਹੀਂ ਹੋਣਗੀਆਂ ਅਸੀਂ ਵਾਪਸ ਪਿੰਡਾਂ ਨੂੰ ਨਹੀਂ ਮੁੜਨ ਜਾਵਾਂਗੇ, ਅੱਗੇ ਨੂੰ ਵਧਾਂਗੇ ਔਰ ਆਪਣਾ ਜਿਹੜਾ ਸੰਘਰਸ਼ ਹੈ ਇਹਨੂੰ ਹੋਰ ਤਿੱਖਾ ਕਰਾਂਗੇ। ਇਸ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇਖ ਲੇ, ਐਤਵਾਰ ਦਾ ਸਰਕਾਰ ਨੇ ਟਾਈਮ ਦਿੱਤਾ ਮੀਟਿੰਗ ਦਾ, ਅਗਰ ਉਹਦੇ ਵਿੱਚ ਜੇ ਸਾਡੇ ਮਸਲੇ ਨਹੀਂ ਹੱਲ ਹੁੰਦੇ ਤਾਂ ਅੱਗੇ ਨੂੰ ਅਸੀਂ ਹੋ ਸਕਦਾ ਉੱਪਰਲੇ ਸਾਡੇ ਲੀਡਰਾਂ ਦੇ ਉਦੇਸ਼ ਨਾਲ ਇਹ ਜਿਹੜੀਆਂ ਦੀਵਾਰਾਂ ਕੱਢੀਆਂ ਇਹ ਕੁਛ ਵੀ ਨਹੀਂ, ਇਹ ਅਸੀਂ ਸ਼ਾਂਤੀ ਮਾਹੌਲ ਦੇ ਵਿੱਚ ਰਹਿ ਕੇ
ਜਿਹੜੀ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ ਉਹ ਲੜਾਈ ਜਾਂ ਗੰਨਾਂ ਨਾਲ ਨਹੀਂ ਕੀਤੀ ਜਾ ਸਕਦੀ, ਕਿਉਂਕਿ ਮੂਹਰੇ ਵੀ ਸਾਡੇ ਭਰਾ ਨੇ, ਉਹ ਵੀ ਮਜ਼ਬੂਰ ਹੈ, ਉਹਨਾਂ ਦੀ ਵੀ ਰੋਟੀ ਰੋਜੀ ਜਿਹੜੀ ਤਨਖਾਹਾਂ ਨਾਲ ਚੱਲਦੀ ਹੈ ਅਤੇ ਸਾਡੀ ਜਿਹੜੀ ਰੋਟੀ ਹੈ ਉਹ ਕਿਸਾਨੀ ਨਾਲ ਚੱਲਦੀ ਹੈ। ਸੋ ਇਸ ਕਰਕੇ ਅਸੀਂ ਫਿਰ ਦੁਬਾਰਾ ਸੁਚੇਤ ਕਰਦੇ ਹਾਂ ਸਰਕਾਰ ਨੂੰ, ਜਲਦੀ ਤੋਂ ਜਲਦੀ ਜਿਹੜੀਆਂ ਸਾਡੀਆਂ ਮੰਗਾਂ ਉਹ ਗਰਾਊਂਡ 'ਤੇ ਮੰਨੀਆਂ ਹੋਈਆਂ ਨੂੰ ਲਾਗੂ ਕਰਕੇ ਅਤੇ ਸਾਨੂੰ ਜਿਹੜਾ ਇੱਥੋਂ ਪਾਰਕ ਕੀਤਾ ਜਾਵੇ, ਅਦਰਵਾਈਜ਼ ਅਸੀਂ ਮਜ਼ਬੂਰ ਹੋਵਾਂਗੇ ਦਿੱਲੀ ਨੂੰ ਕੁਝ ਕਰਨ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।